हाँ जी प्यार भरी सत श्री अकाल जी। वो ठीक ठाक जी सारे। अब आप थोड़ी बहुत सैर क्लियर ही करावे। वैसे तो क्लियर अंदर जान देंगे हो तो बारों बार दस देंगे। वैसे एक दो बार मैं गया भी अंदर। एक बार तो मैं हजे कोई हैगा जाम शाह उन्होंने गया है। एक बार मूर फिरद ही बार मार मूर ला दो पिछले कुत्ते पै गए गए वो छटन गए से। एक बार वैसे अंदरों बहुत सोना हैगा जी। टोफा तूफा खड़िया ट्रक ट्रुके खड़े पुराने पुराने उवें ही वधिया। तो घाव घू हवा तो जीव जंतु बहुत रेंदे जी। वैसे सोना अंदर वैसे पर किसी जान देंगे कि उन बारों बार दिखा देंगे जी। चलते माड़ा किले पर दादो करो बनाए की हिसाब था। ये जो किला जी ये 12वीं सदी का किला जी। ये जदों बाबा शेख फरीद जी इस धरती पर आए सी किला बनी जांदा सी जी। तो ये वेलो तुसी 12वीं सदी का किला उवें उदों दी पुरानी अट जी लगी है। ये मुड़ के फिर ढाटा फिर बनी गया जी। थोनू इहदा इतिहास इधर दिखाउणे आ वो वाहिगुरू। इतिहास देखो जी सारा कुछ लिखा पाया 12वीं सदी नाल जुड़िया जी। ये किला 12वीं सदी के अंत में इस किले का नाम इतों के चौधरी ने मोहन देव के नाम उत्ते रखा सी। जो बाबा शेख फरीद जी आए इतने फिर उन्होंने मगरों ये शहर जो मोहन नाम रखा सी वसदा नहीं सी। जो बाबा फरीद ਇਹਦੇ ਵਿੱਚ ਜੋ ਇਮਾਰਤਾਂ ਬਣੀਆਂ ਹੈ ਮਤਲਬ ਕਿ ਪੂਰਾ ਵਧੀਆ ਜੀ ਰੰਗ ਰੂੰਗ ਕੀਤਾ ਆ। ਹੁਣ ਬਾਬਾ ਸ਼ੇਖ ਫਰੀਦ ਦਾ ਮੇਲਾ ਆ ਰਿਹਾ ਜੀ। ਉਹ ਇਹ ਪੂਰਾ ਮਤਲਬ ਕਿ ਲੈਟਰਨ ਕਰ ਦਿੰਦੇ ਵਧੀਆ। ਅਤੇ ਇੱਥੇ ਮੈਨੂੰ ਲੱਗਦਾ ਆਹ ਸੁਰੰਗ ਵੀ ਬਣੀ ਹੋਈ ਆ ਆਹ ਵਾਲੀ। ਅਤੇ ਉਹ ਵਾਲੀ ਜਿਹੜੀ ਹੈਗੀ ਆ ਜੀ ਇੱਥੇ ਬਾਬਾ ਸ਼ੇਖ ਫਰੀਦ ਜੀ ਦੀ ਜਗ੍ਹਾ ਬਣੀ ਹੋਈ ਆ ਜੀ। ਥੋੜ੍ਹਾ ਬਹੁਤ ਦੱਸਾਂਗੇ ਆਪਾਂ ਨੂੰ। ਬਿਲਡਿੰਗ ਦੇਖ ਰਹੇ ਹਾਂ ਜੀ ਇਸ ਬਿਲਡਿੰਗ ਦੇ ਅੰਦਰ ਬਾਬਾ ਸ਼ੇਖ ਫਰੀਦ ਜੀ ਨੂੰ ਜਦੋਂ ਕਿਹੜਾ ਬਣ ਰਹੇ ਟੋਕਰੀ ਚੁਕਾਈ ਸੀ ਉਹ ਜਗ੍ਹਾ ਇੱਥੇ ਮੌਜੂਦ ਆ ਜੀ। ਅੰਦਰ ਇਹ ਜਗ੍ਹਾ ਦੇ ਵਿੱਚ ਦੋ ਚਿਰਾਗ ਜਲਦੇ ਆ ਜੀ। ਅਤੇ ਕਿਉਂਕਿ ਹੁਣ ਕਿਲ੍ਹੇ ਦੀ ਪਾਬੰਦੀ ਕਰਕੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ। ਅਤੇ ਜਦੋਂ ਮਹਾਰਾਜ ਦਾ ਹੁਕਮ ਹੋਵੇ ਖੁੱਲ੍ਹਿਆ ਤਾਂ ਤੁਸੀਂ ਦੇਖ ਸਕਦੇ ਹਾਂ। ਇੱਥੇ ਜਗ੍ਹਾ ਬਣੀ ਹੋਈ ਹੈ ਬਾਬਾ ਸ਼ੇਖ ਫਰੀਦ ਦੀ ਦੋ ਚਿਰਾਗ ਜਗਦੇ ਆ ਜੀ। ਜੋ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇੱਥੇ ਉਹ। ਆਪਾਂ ਪਿੱਛੇ ਆ ਗਏ ਹਾਂ ਫਿਲੀ ਸਾਈਡ 'ਤੇ। ਉੱਥੇ ਵੀ ਮਤਲਬ ਕਿ ਬਹੁਤ ਵਧੀਆ ਮਤਲਬ ਕਿ ਵਧੀਆ ਮੁਰੰਮਤ ਮਤਲਬ ਕਿ ਪਲਸਰ ਪਲੁਸਰ ਕਰਕੇ ਵਧੀਆ ਕੀਤਾ ਆ। ਇੱਕ ਹੋਰ ਸੁਰੰਗ ਆ ਜੀ ਉਹ ਦੇਖੋ। ਇੱਕ ਸੁਰੰਗ ਥੱਲੋਂ ਵੀ ਆਉਂਦੀ ਆ ਉਹ ਸਿੱਧੇ ਸਤਬਲ 'ਚ ਆਉਂਦੀ ਆ। ਉੱਥੇ ਮਤਲਬ ਕਿ ਘੋੜੇ ਘੋੜੇ ਰਾਏ ਦੇ ਬੰਨੇ ਹੁੰਦੇ ਸੀਗੇ ਮਤਲਬ ਕਿ ਸਾਰਾ ਕੁਝ। ਇੱਕ ਉੱਥੇ ਆ ਇੱਕ ਆ ਕੰਢ ਇੱਕ ਪਈ ਸੀਗੀ 2 ਸਾਲ ਪਹਿਲਾਂ ਜੋ ਮੀਂਹ ਵਾਹ ਪਿਆ ਜੀ ਉਦੋਂ ਫਿਰ ਬਾਅਦ 'ਚ ਇਹਨਾਂ ਨੇ ਦੂਜੀ ਬਣਾ ਦਿੱਤੀ ਸੀਗੀ ਕਿਉਂਕਿ ਅੰਦਰ ਕਿਸੇ ਨੂੰ ਜਾਣ ਦਿੰਦੇ ਜੀ। ਮਤਲਬ ਕਿ ਅੰਦਰ ਬਹੁਤ ਵਧੀਆ ਚੀਜ਼ਾਂ ਹੈਗੀਆਂ ਵੇ। ਆਹ ਸਾਰਾ ਕੁਝ ਪੁਰਾਣਾ ਹੀ ਹੈ ਜਿਵੇਂ ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ ਜੀ।